ਪੰਜਾਬ ਵਿੱਚ ਫੈਕਟਰੀਆਂ ਵਿੱਚ ਅੱਗ ਲੱਗਣ ਦੀਆਂ ਲਗਾਤਾਰ ਵਾਪਰ ਰਹੀਆਂ ਘਟਨਾਵਾਂ ਹੈਰਾਨ ਕਰ ਰਹੀਆਂ ਨੇ। ਲੁਧਿਆਣਾ ਵਿੱਚ ਲੱਗੀ ਭਿਆਨਕ ਅੱਗ ਤੋਂ ਬਾਅਦ ਹੁਣ ਜਲੰਧਰ ਤੋਂ ਖਬਰ ਆਈ ਹੈ ਜਿੱਥੇ HD ਫੂਡ ਪ੍ਰੋਡਕਟਸ ਨਾਂ ਦੀ ਇੱਕ ਫੈਕਟਰੀ ਵਿੱਚ ਭਿਆਨਕ ਅੱਗ ਲੱਗ ਗਈ। ਅੱਗ ਲੱਗਣ ਦੀ ਸੂਚਨਾ ਫਾਇਰ ਬ੍ਰਿਗੇਡ ਨੂੰ ਤੁਰੰਤ ਦਿੱਤੀ ਗਈ ਅਤੇ ਫਾਇਰ ਬ੍ਰਿਗੇਡ ਮੁਲਾਜ਼ਮਾਂ ਨੇ ਅੱਗ 'ਤੇ ਕਾਬੂ ਪਾਉਣ ਲਈ ਸਖ਼ਤ ਮੁਸ਼ੱਕਤ ਸ਼ੁਰੂ ਕਰ ਦਿੱਤੀ। ਅੱਗ ਇੰਨੀ ਭਿਆਨਕ ਸੀ ਕਿ ਇਲਾਕੇ ਦੇ ਵੱਖ-ਵੱਖ ਫਾਇਰ ਸਟੇਸ਼ਨਾਂ ਤੋਂ ਗੱਡੀਆਂ ਮੰਗਾਉਣੀਆਂ ਪਈਆਂ। ਪਹਿਲੇ ਅਸੀਂ ਦਾਦਾ ਕਲੋਨੀ ਦੀ ਗੱਡੀ, ਫਿਰ ਸ਼ੀਤਲ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਆ ਗਈਆਂ, ਫਿਰ ਦਮੋਰੀਆ ਪੁਲ ਦੀ ਗੱਡੀ ਆ ਗਈ, ਹੈੱਡਕੁਆਰਟਰ ਜੇਲ੍ਹ ਚੌਂਕ ਤੋਂ ਗੱਡੀਆਂ ਆ ਗਈਆਂ ਜੀ, ਘੱਟ ਤੋਂ ਘੱਟ ਵੀ 30-40 ਗੱਡੀਆਂ ਲੱਗੀਆਂ। ਪੁਲਿਸ ਅਧਿਕਾਰੀਆਂ ਦਾ ਕਹਿਣਾ ਕਿ ਅੱਗ ਲੱਗਣ ਕਾਰਨ ਕਿਸੇ ਕਿਸਮ ਦੇ ਜਾਨੀ ਨੁਕਸਾਨ ਤੋਂ ਬਚਾ ਰਿਹਾ, ਪਰ ਅੱਗ ਲੱਗਣ ਦੇ ਕਾਰਨ ਅਤੇ ਹੋਏ ਨੁਕਸਾਨ ਦੀ ਕੀਮਤ ਦਾ ਅੰਦਾਜ਼ਾ ਬਾਅਦ ਵਿੱਚ ਹੀ ਲੱਗ ਸਕੇਗਾ। ਅਤੇ ਬਾਕੀ ਕੋਈ ਜਾਨੀ ਨੁਕਸਾਨ ਤਾਂ ਨਹੀਂ ਹੋਇਆ ਹਾਲ ਤੱਕ, ਬਾਕੀ ਜਿਹੜਾ ਕੋਈ ਨੁਕਸਾਨ ਕੀ ਹੋਇਆ, ਕਿਉਂ, ਕਾਰਨ ਕੀ ਆ, ਕਿਹਦੇ ਕਰਕੇ ਲੱਗੇ, ਉਹ ਤਾਂ ਬਾਅਦ ਚ ਪਤਾ ਲੱਗੇਗਾ। ਬਿਊਰੋ ਰਿਪੋਰਟ, ਸਪੋਕਸਮੈਨ TV।